ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਪ੍ਰਤਿ ਤੁਸੀਂ ਦੇਖ ਰਿਓ ਤਾਂ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰਤਾ ਵਿਸ਼ੇ ਕਿ ਕਰਦੀ ਤੀ ਰੋਜ਼ਾਨਾ ਇਹ ਇੱਕ ਪਾਠ ਰੋਜ਼ ਦੁਪਹਿਰ ਵੇਲੇ ਕਰੇ ਦਿਨ ਵਿੱਚ ਕਿਸਮਤ ਚਮਕ ਜਾਵੇਗੀ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਆ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਗੁਰਬਾਣੀ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਪਾਂ ਸਭ ਸੁਪਨੇ ਵੇਖਦੇ ਹ ਪਰ ਪੂਰੇ ਤੇ ਸੱਚ ਕੁਝ ਕੋਈ ਹੁੰਦੇ ਨੇ ਪਰ ਜੇਕਰ ਆਪਾਂ ਰੋਜ਼ ਇੱਕ ਗੁਰਬਾਣੀ ਪੜ੍ਹਦੇ ਇਹਦਾ ਪਾਠ ਦਾ ਜਾਪ ਕਰਦੇ ਆਂ ਤਸ ਸਭ ਮੰਨਦੀਆਂ ਇੱਛਾਵਾਂ ਤੇ ਮਨੋ ਕਾਮਨਾ ਪੂਰਨ ਹੋਣ ਗਿਆ ਜੋ ਵੀ ਮਨੁੱਖ ਦੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਤੇ ਅੜਚਨਾ ਆਉਂਦੀਆਂ ਨੇ ਉਹ ਸਭ ਖਤਮ ਹੋ ਜਾਣ ਗਿਆ ਸਾ ਪਾਸੇ ਤੋਂ ਸੁਖ ਤੇ ਸ਼ਾਂਤੀ ਦਾ ਹੀ ਕਰਦੇ ਵਿੱਚ ਵਾਤਾਵਰਨ ਹੋਵੇਗਾ ਕਾਰੋਬਾਰ ਦੇ ਵਿੱਚ ਬਹੁਤ ਵਾਤਾ ਹੋਵੇਗਾ ਆਪਾਂ ਸਭ ਕਹਿ ਦਿੰਨੇ ਜੀ ਮੈਂ ਇਹ ਕੰਮ ਕਰਨਾ ਜਾਂ ਇਹ ਮੇਰੀ ਇੱਛਾ ਹੈ ਮੈਂ ਇਸ ਨੂੰ ਪੂਰਾ ਕਰਨ ਲਈ ਉਦਮਤਾ ਕਰਨਾ ਚਾਹਣਾ ਪਰ ਪਤਾ ਨਹੀਂ ਕਿਉਂ ਉਹ ਕੰਮ ਮੈਂ ਕਰ ਹੀ ਨਹੀਂ ਪਾਉਂਦਾ ਆਪਾਂ ਜਦੋਂ ਵੀ ਕੋਈ ਕੰਮ ਚੰਗਾ ਕਰਨ ਦੇ ਆਰੰਭਤਾ ਕਰਦੇ ਹਮੇਸ਼ਾ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਨੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਪਹਿਲਾਂ ਤਾਂ ਆਪਣਾ ਮਨ ਹੀ ਸਾਥ ਨਹੀਂ ਦੇਂਦਾ ਤੇ ਸਾਰੀ ਫਿਰ ਮਨ ਦੀ ਹੀ ਖੇਡ ਜਿਵੇਂ ਆਪਾਂ ਸਵੇਰੇ ਉੱਠਣ ਸਮੇ 5 ਵਜੇ ਆਪਣੇ ਮਨ ਨੂੰ ਇਹ ਚੀਜ਼ ਸਮਝਾ ਲਈ ਕਿ ਗੁਰਨਾਨਕ ਪਾਸ਼ਾ ਨੇ ਬਹੁਤ ਸਾਰੀਆਂ ਦਾਤਾਂ ਦੇਣੀਆਂ ਨੇ ਇਸ ਸਮੇਂ ਉਹਨਾਂ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦੇਣੀਆਂ ਨੇ ਘਰ ਰਿਜਕ ਬਰਕਤ ਦਾ ਵਾਸਾ ਹੋ ਜਾਣਾ ਜਵਾਕ ਮੇਰੀ ਸਿਆਣੀ ਮਾਤਾ ਹੋ ਜਾਣਾ ਬਸ ਜੇ ਮਨ ਨੂੰ ਇੰਨਾ ਸਮਝਾ ਲਿਆ ਅੱਧਾ ਪੈਂਡਾ ਤਾਂ ਆਪਾਂ ਉਸੇ ਸਮੇਂ ਤੈਅ ਕਰ ਲਿਆ ਆਪਾਂ ਆਪਣੇ ਲਕਸ਼ਤ ਤੱਕ ਪਹੁੰਚਣ ਲਈ ਇੰਨਾ ਜੇ ਆਪਣੇ ਮਨੰਦਰ ਧਾਰ ਲਿਆ ਨਾ ਅੱਧਾ ਪੈਂਡਾ ਤੈਅ ਹੋ ਗਿਆ ਤੇ ਥੋੜੀ ਦੂਰ ਤੱਕ ਫਿਰ ਆਪਾਂ ਉੱਤੇ ਪਹੁੰਚ ਵੀ ਜਾਵਾਂਗੇ ਕਈ ਆਪਣੇ ਵਿੱਚੋਂ ਜਵਾਕਾਂ ਦੇ ਨਾ ਸਵੇਰੇ ਰੁੱਝੇਵੇਂ ਹੁੰਦੇ ਨੇ ਸਕੂਲ ਭੇਜਣਾ ਹੁੰਦਾ ਉਹਨਾਂ ਦੇ ਡੱਬੇ ਬਣਾਉਣੇ ਹੁੰਦੇ ਨੇ ਕੰਮ ਦੇ ਰੁੱਝੇਵੇਂ ਕਾਰਨ ਅੰਮ੍ਰਿਤ ਵੇਲਾ ਨਹੀਂ ਸੰਭਾਲ ਪਾਉਂਦੇ ਤਾਂ ਦਪਹਿਰ ਦੇ 12:00 ਵਜੇ ਲਗਭਗ ਜਦੋਂ ਸਮਾਂ ਹੁੰਦਾ ਉਸ ਸਮੇ ਆਪਾਂ ਸਾਰੇ ਵੇਲੇ ਹੋ ਜਾਣੇ ਆਪਣਾ ਉਹ ਸਮਾਂ ਪੱਕਾ ਕਰ ਲਵੋ 12:00 ਵਜੇ ਦਾ ਸਮਾਂ ਪੱਕਾ ਕਰ ਲਵੋ ਉਸ ਸਮੇ ਰੋਜ਼ ਇੱਕ ਪਾਠ ਚਉਪਾਈ ਸਾਹਿਬ ਦਾ ਤੇ ਨਾਲ 6 ਅਸ਼ਟਪਦੀਆਂ ਸੁਖਮਨੀ ਸਾਹਿਬ ਜੀ ਦੀਆਂ ਕਰੋ ਪੂਰਾ ਇਕਾਗਰਿਤ ਹੋ ਕੇ ਕਰੋ ਤੇ ਅਰਦਾਸ ਕਰੋ ਜੋ ਵੀ ਦਾਤ ਮੰਗਦਿਆਂ ਪਾਤਸ਼ਾਹ ਪੂਰਨ ਕਰਦੇ ਨੇ ਉਸ ਸਮੇਂ ਵਾਹਿਗੁਰੂ ਤੋਂ ਅੰਮ੍ਰਿਤ ਵੇਲੇ ਦੀ ਦਾਤ ਜ਼ਰੂਰ ਮੰਗੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਸਮ ਪਿਤਾ ਤੁਹਾਡੀ ਬਾਣ ਜ਼ਰੂਰ ਫੜਨਗੇ ਕਿਉਂਕਿ ਜਿਸ ਦੀ ਬਾ ਉਹਨਾਂ ਨੇ ਫੜ ਲਈ ਫਿਰ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਇਹ ਤਾਂ ਆਪਾਂ ਸਭ ਮੰਨਦੇ ਆ ਨਾ ਜਿਸ ਦੇ ਨਾਲ ਪਰਮਾਤਮਾ ਖੜ ਜਾਂ ਉਹਨੂੰ ਕਿਸੇ ਕਾਰਜ ਵਿੱਚ ਟੋਟ ਨਹੀਂ ਆਉਂਦੀ ਉਹਦੇ ਹਰੇਕ ਕਾਰਜ ਵੀ ਸੰਪੰਨ ਹੁੰਦੇ ਨੇ ਬੱਚਿਆਂ ਨੂੰ ਆਪਾਂ ਸਭ ਰੱਬ ਦਾ ਰੂਪ ਮੰਨਨੇ ਆਪਾਂ ਕਹਿੰਨੇ ਆ ਨਾ ਵੀ ਜਵਾਕਾਂ ਦੇ ਵਿੱਚ ਰੱਬ ਰੱਬ ਵਾਸਤੇ ਫਿਰ ਉਹ ਰੱਬ ਦਾ ਰੂਪ ਹੀ ਹੋਏ ਨਾ ਤੇ ਕਿਉਂਕਿ ਉਹ ਦੁਨੀਆ ਦੇ ਛਲ ਕਪਟ ਇਹ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੁੰਦੇ ਨੇ ਉਨਾ ਵਿੱਚ ਤੇਰਾ ਮੇਰਾ ਇਹ ਛਲ ਕਪਟ ਨਹੀਂ ਹੁੰਦਾ ਇਹ ਸਭ ਤੋਂ ਰਹਿਤ ਹੁੰਦੇ ਨੇ ਸਾਧੂ ਸੰਤਾਂ ਵਾਂਗ ਹੁੰਦੇ ਨੇ ਜਵਾਕ ਵੀ ਜਿਹੜੇ ਨੇ ਉਹ ਜਦੋਂ ਕੋਈ ਗੱਲ ਕਹੇ ਰੱਬ ਬੜੀ ਛੇਤੀ ਸੁਣਦਾ ਕਿਉਂਕਿ ਉਹ ਆਪਣੇ ਵਾਂਗੂ ਜਿਹੜੇ ਨੇ ਛਲ ਕਪਟ ਨਹੀਂ ਕਰਦੇ ਝੂਠ ਨਹੀਂ ਬੋਲਦੇ ਇਸ ਲਈ ਬੱਚੇ ਜਦੋਂ ਸਕੂਲ ਤੋਂ ਆ ਜਾਣ ਪ੍ਰਸ਼ਾਦਾ ਪਾਣੀ ਸ਼ਕ ਇਸ਼ਨਾਨ ਕਰਨ ਉਹਨਾਂ ਨੂੰ ਜ਼ਰੂਰ ਚੋਪਈ ਸਾਬ ਦਾ ਪਾਠ ਕਰਨ ਲਈ ਪ੍ਰੇਰੋ ਇਸ ਤਰ੍ਹਾਂ ਇੱਕ ਤਾਂ ਉਹ ਗੁਰਬਾਣੀ ਦੇ ਨਾਲ ਜੁੜਨਗੇ ਦੂਜਾ ਇਹ ਬੱਚਿਆਂ ਨੂੰ ਸੁਰੱਖਿਆ ਤੇ ਚੰਗੀ ਬੁੱਧੀ ਦੇਵੇਗਾ ਜਿਸ ਨਾਲ ਭਵਿੱਖ ਉਜਵਲ ਹੋਵੇਗਾ ਇਹ ਬਾਣੀ ਅੰਦਰ ਸਰੀਰ ਦੇ ਜਦੋਂ ਜਾਵੇਗੀ ਤੇ ਬਾਹਰ ਫਿਰ ਵੈਰ ਵਿਰੋਧ ਕਾਮ ਪਾਵਨਾ ਇਹਨੂੰ ਖਤਮ ਕਰ ਦਿੰਦੀ ਇਹ ਬੱਚਿਆਂ ਦੇ ਆਤਮ ਵਿਸ਼ਵਾਸ ਤੇ ਉਤਸ਼ਾਹ ਦੇ ਤੇ ਉਦਮ ਦੀ ਦਾਤ ਬਖਸ਼ਦੀ ਜੋ ਬੱਚੇ ਹਰ ਵਕਤ ਸਕੂਲ ਦੇ ਕੰਮਕਾਰ ਤੋਂ ਨਾ ਨੁਕਰ ਕਰਦੇ ਨੇ ਘਰ ਦੇ ਵਿੱਚ ਛੋਟੀ ਛੋਟੀ ਗੱਲ ਤੇ ਲੜਦੇ ਨੇ ਚਿੜਚਿਣਾ ਪਾਣੇ ਪਰ ਸ਼ਾਦਾ ਨਹੀਂ ਖਾਂਦੇ ਜਾਂ ਕਿਸੇ ਗੱਲ ਤੇ ਵੀ ਕਲਾਕਲੇਸ਼ ਕਰਦੇ ਨੇ ਕੋਈ ਕੰਮ ਕਹਿ ਦੋ ਤੇ ਉਹ ਤੋਂ ਭੱਜਦੇ ਨੇ ਡਿੱਗੂ ਡਿੱਗੂ ਕਰਦੇ ਨੇ ਉਹ ਆਪਣੇ ਫਿਰ ਪਾਤਸ਼ਾਹ ਉਹਨੂੰ ਉਦਮ ਦੀ ਦਾਤ ਬਖਸ਼ਣਗੇ ਤੇ ਜਦੋਂ ਉਦਮ ਦੀ ਦਾਤ ਮਿਲ ਗਈ ਫਿਰ ਹਰ ਕੰਮ ਨੂੰ ਫਤਿਹ ਕਰਨਗੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਵਿੱਚ ਪੰਕਤੀ ਆਉਂਦੀ ਮਨ ਬਾਛਤ ਪਲ ਫਾਵੇ ਸੋਈ ਧੂਪ ਨਾ திਸੇ ਵਿਆਪਤ ਕੋਈ ਦੁੱਖ ਤਰਦ ਪਉਣ ਨਿਕਟ ਨਾ ਤਿ ਨਰਕੇ ਰਹੇ ਹੋ ਜੋ ਯਾਕੀ ਇੱਕ ਬਾਤ ਚੋਪਈ ਕੋ ਕਹੀਂ ਇਥੇ ਨਾ ਯਾਕੀ ਸ਼ਬਦ ਆਇਆ ਇਹਨਾਂ ਅਰੇਬਿਕ ਸ਼ਬਦ ਦੇ ਜਿਸ ਦਾ ਭਾਵ ਹੁੰਦਾ ਹੈ ਯਕੀਨ ਦੁੱਖ ਦਰਦ ਉਸ ਮਨ ਨੂੰ ਕੋਲ ਨਹੀਂ ਆਉਂਦੇ ਜੋ ਚੋਪਈ ਸਾਹਿਬ ਦੀ ਪਾਣੀ ਪੜਦੇ ਕਿਉਂਕਿ ਮਨ ਵਿੱਚ ਵੈਰ ਦੁਸ਼ੈ ਵਿਰੋਧ ਇਹ ਭਾਵਨਾ ਖਤਮ ਹੋ ਸਿਰ ਪਿਆਰ ਵਾਸ ਕਰਦਾ ਤੇ ਜਿੱਥੇ ਪਿਆਰ ਹੋਵੇ ਉਥੇ ਬਰਕਤ ਆਪ ਵਾਸ ਕਰਦੀ ਆਪਾਂ ਹਰ ਪਾਸੇ ਚੰਗਾ ਵੇਖਦੇ ਆਂ ਤੇ ਚੰਗਾ ਹੀ ਫਿਰ ਸੋਚਦੇ ਫਿਰ ਨਾ ਤਾਨੂੰ ਰੋਗ ਤੇ ਨਾ ਹੀ ਮਨ ਨੂੰ ਰੋਗ ਇਹ ਵਾਹਿਗੁਰੂ ਜਦੋਂ ਆਪਣੇ ਤੇ ਕਿਰਪਾ ਕਰਦੇ ਨੇ ਨਾ ਗੁਰਨਾਨਕ ਪਾਤਸ਼ਾਹ ਦਸਮ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਦਾ ਜਦੋਂ ਆਪਣੇ ਅੰਦਰ ਵਿਸ਼ਵਾਸ ਆ ਜਾਏ ਫਿਰ ਮਨੁੱਖ ਦੇ ਅੰਦਰ ਐਨੀ ਤਾਕਤ ਭਰ ਜਾਂਦੀ ਏ ਕਿ ਉਹਦਾ ਹਰ ਕੰਮ ਫਿਰ ਫਤਿਹ ਹੁੰਦਾ ਜੋ ਵਾਹਿਗੁਰੂ ਦਾ ਨਾਮ ਲੈ ਆਪਣੇ ਕੰਮ ਦੀ ਆਰੰਭਤਾ ਕਰਦਾ ਆਪਣੇ ਬੱਚਿਆਂ ਨੂੰ ਰੋਜ ਚਉਪਈ ਸਾਹਿਬ ਦਾ ਪਾਠ ਕਰਨ ਲਈ ਪ੍ਰੇਰਦਾ ਫਿਰ ਉਹਦੇ ਘਰ ਮਿਹਨਤ ਉਦਮ ਲਗ ਨਾ ਜਾਂਦੀ ਤੇ ਉਥੇ ਆਪੇ ਹਰ ਕੰਮ ਫਤਿਹ ਹੁੰਦੇ ਜੋ ਪਈਸਾ ਦੀ ਬਾਣੀ ਤੁਹਾਡੇ ਅੰਦਰ ਦੇ ਸੱਚ ਦੀ ਤਾਕਤ ਨੂੰ ਤੁਹਾਡੇ ਅੱਖਾਂਗੇ ਰੱਖ ਦਿੰਦੀ ਜੇਕਰ ਤੁਸੀਂ ਵਿਸ਼ਵਾਸ ਨਾਲ ਪਾਠ ਕਰਦੇ ਹੋ ਤਾਂ ਤਾਕਤ ਵੀ ਪਰਤਕ ਵਰਤਦੀ ਇਸਨੇ ਇਹ ਪਾਠ ਅੰਮ੍ਰਿਤ ਵੇਲੇ ਪੰਜ ਬਾਣੀਆਂ ਨਾਲ ਵੀ ਕੀਤਾ ਜਾਂਦਾ ਤੇ ਸ਼ਾਮ ਸਮੇਂ ਰੈਰਾ ਸਾਹਿਬ ਦੀ ਬਾਣੀ ਦੇ ਨਾਲ ਕੀਰਤਨ ਸੋਲੇ ਦੇ ਨਾਲ ਵੀ ਕੀਤਾ ਜਾਂਦਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਸਵੇਰੇ ਜਿਹੜੀਆਂ ਬੀਬੀਆਂ ਪੈਣਾ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜੰਦੇ ਰੂਜੇਵੇਂ ਕਾਰਨ ਅੰਮ੍ਰਿਤ ਵੇਲਾ ਨਹੀਂ ਸੰਭਾਲ ਪਾਉਂਦੇ ਸ਼ਾਮ ਨੂੰ ਕਹਿ ਲੋ ਕਿ ਕਿੰਨ ਸਾਨੂੰ ਕੰਮ ਤਾਂ ਦੇ ਨੇ ਤਾਂ ਦੁਪਹਿਰ ਦੇ 12:00 ਵਜੇ ਸਾਰੇ ਜਣੇ ਵੇਲੇ ਹੋ ਜਾਂਦੇ ਨੇ ਉਸ ਸਮੇਂ ਤੁਸੀਂ ਇੱਕ ਪਾਠ ਰੋਜ ਚਉਪਈ ਸਾਹਿਬ ਦਾ ਕਰਨਾ ਨਾਲ 6 ਅਸ਼ਟਪਦੀਆਂ ਜੋ ਹੈ ਉਸ ਸੁਖਮਨੀ ਸਾਹਿਬ ਜੀ ਦੀਆਂ ਕਰਨੀਆਂ ਨੇ ਉਸ ਤੋਂ ਪ੍ਰੰਤ ਅਰਦਾਸ ਕਰੋ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਪਰਮਾਤਮਾ ਤੁਹਾਨੂੰ ਜ਼ਰੂਰ ਬਖਸ਼ਣਗੇ ਜਦੋਂ ਬੱਚੇ ਸਕੂਲ ਤੋਂ ਵਾਪਸ ਆਉਣ ਤੇ ਉਹਨਾਂ ਨੂੰ ਨਵਾਤਵਾ ਕੇ ਪ੍ਰਸ਼ਾਦਾ ਪਾਣੀ ਖਵਾ ਕੇ ਤੇ ਉਹਨਾਂ ਨੂੰ ਚਉਪਾਈ ਸਾਹਿਬ ਦਾ ਪਾਠ ਕਰਨ ਲਈ ਪ੍ਰੇਰੋ ਤੁਸੀਂ ਦੇਖੋਗੇ ਇੱਕ ਤਾਂ ਇਹਦੇ ਨਾਲ ਤੁਹਾਡੇ ਬੱਚਿਆਂ ਦੀ ਸੁਰੱਖਿਆ ਹੋਵੇਗੀ ਤੇ ਦੂਜਾ ਜਦੋਂ ਗੁਰਬਾਣੀ ਦੇ ਲੜ ਲੱਗੇ ਨਾ ਉਹਨਾਂ ਦੀ ਹਰੇਕ ਮੰਨ ਦੀ ਮੁਰਾਦ ਪੂਰੀ ਹੋਵੇਗੀ ਉਹਨਾਂ ਦੇ ਕਿਸੇ ਕੰਮ ਵਿੱਚ ਕਦੇ ਕੋਈ ਰੁਕਾਵਟ ਨਹੀਂ ਆਏਗੀ ਉਹਦੇ ਵਿੱਚ ਫਿਰ ਜਦੋਂ ਗੁਰਬਾਣੀ ਪੜ੍ਹਨਗੇ ਫਿਰ ਉਹ ਜੋ ਹੋਰ ਵੀ ਆਪਣੇ ਸਕੂਲੀ ਕਾਰਜਕਾਰ ਕਰਣਗੇ ਨਾ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਦਿਮਾਗ ਬਹੁਤ ਚੱਲੇਗਾ ਫਿਰ ਉਹਨਾਂ ਨੂੰ ਐਸਾ ਗਿਆਨ ਹੋਵੇਗਾ ਉਹ ਗਿਆਨ ਦੇ ਨਾਲ ਉਹ ਆਪਣਾ ਲੋਕ ਤੇ ਪਰਲੋਕ ਵੀ ਸੁਖਾਲਾ ਕਰਨਗੇ ਤੇ ਆਪਣਾ ਇਸ ਦੁਨਿਆਵੀ ਕੰਮਾਂ ਤੇ ਵੀ ਆਪਣਾ ਨਾਮ ਬਹੁਤ ਉੱਚਾ ਕਰਨਗੇ ਜੋ ਵੀ ਚਾਹੁੰਦੇ ਨੇ ਕਿ ਉਹਨਾਂ ਦਾ ਬੱਚੇ ਦਾ ਨਾਮ ਰੋਸ਼ਨ ਹੋਵੇ ਉਹਨਾਂ ਦਾ ਬੱਚਾ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰੇ ਤਾਂ ਉਸ ਬੱਚੇ ਨੂੰ ਚਉਪਈ ਸਾਹਿਬ ਦਾ ਇੱਕ ਪਾਠ ਤੁਸੀਂ ਰੋਜ਼ ਜ਼ਰੂਰ ਕਰਵਾਓ ਜੇਕਰ ਪੜਨਾ ਨਹੀਂ ਆਉਂਦਾ ਪਹਿਲਾਂ ਆਪੋ ਲੋ ਤੇ ਪਿੱਛੇ ਤੁਹਾਡਾ ਬੱਚਾ ਬੋਲੇਗਾ ਫਿਰ ਦੇਖਿਓ ਤੁਹਾਡਾ ਬੱਚਾ ਕਿੰਨਾ ਜ਼ਿਆਦਾ ਹਰੇਕ ਕੰਮ ਵਿੱਚ ਉਦਮੀ ਮਿਹਨਤੀ ਤੇ ਤੁਹਾਡੇ ਸਾਰਿਆਂ ਦੀ ਆਖੇ ਵੀ ਲੱਗੇਗਾ ਜੋ ਆਪਣੇ ਬੱਚੇ ਦਾ ਭਲਾ ਚਾਹੁੰਦੇ ਨੇ ਉਹ ਜ਼ਰੂਰ ਕਰੋ